ਆਗੜਾ ਆ ਗਿਆ, ਉਹ ਖੜ ਜਾਓ ਭਰਾਵਾ ਆ ਗਿਆ, ਖੋਲਦਾ ਗੇਟ ਆ ਗਿਆ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਦੱਸੋ ਜੀ। ਇਹ ਆਪਣੇ ਸਰਨਾ ਸਾਹਿਬ ਜੀ ਵੱਡੇ ਬ੍ਰਦਰ ਹੈ ਜੀ, ਇਹ ਇਲੈਕਸ਼ਨ ਗੁਰਦੁਆਰਾ ਸਾਹਿਬ ਦੇ ਆਪਣੇ ਦਿੱਲੀ ਦੀ ਲੜ ਰਹੇ। ਉਹ ਇਲੈਕਸ਼ਨਾਂ ਨਹੀਂ ਖੜਾ ਛੱਡਦੀਆਂ, ਕੱਲ ਹੋਈਆਂ ਅੱਜ ਫੇਰ ਆਜੋ ਲੰਘੇ ਆਓ ਜੀ। ਆ ਆਜੋ ਜੀ ਬੈਠੋ। ਤੁਸੀਂ ਕੀ ਕਰਨ ਵਾਲਾ ਰਹੇਗਾ ਜਿਹੜਾ ਤੁਸੀਂ ਹੁਣ ਕਰਨਾ ਵੋਟਾਂ 'ਚ ਖੜੇ ਹੋ, ਕਈ ਪੋਲਸੀਆਂ ਜੀ ਬਹੁਤ ਸਰਨਾ ਸਾਹਿਬ ਦੱਸਣਗੇ ਆਪਾਂ ਨੂੰ। ਇਹਨਾਂ ਜੀ ਗੱਲ ਇੱਦਾਂ ਕਿ ਪਹਿਲਾਂ ਵੀ ਅਸੀਂ ਦੱਸ ਰਹੇ ਹਾਂ, ਉਹਨਾਂ ਵਿੱਚ ਅਸੀਂ ਬਹੁਤ ਪੋਲਸੀਆਂ ਸਾਡੀਆਂ ਕਾਮਯਾਬ ਵੀ ਹੋਈਆਂ ਤੇ ਕੁਛ ਸਾਡੀਆਂ ਰਹਿ ਗਈਆਂ ਕਿ ਜਿਹੜੇ ਅਸੀਂ ਦੋਨੇ ਭਾਈ ਕਰਕੇ ਰਲ ਕੇ ਕਰੀ ਗਏ ਆ। ਤੇ ਹੁਣ ਤੁਸੀਂ ਸਾਰੇ ਜਾਣੇ ਨਾ ਸਾਨੂੰ ਤਰੇ ਵਾਰ ਮੌਕਾ ਦਿਓ, ਸਾਨੂੰ ਤੁਸਾਂ ਨੇ ਬਣਾਇਆ ਸੀ, ਦੋ ਵਾਰ ਅਸੀਂ ਖਾਧਾ, ਰਲ ਮਿਲ ਕੇ ਖਾਣਾ, ਹੁਣ ਆਪਾਂ ਨਾ ਰਲ ਮਿਲ ਕੇ ਖਾਵਾਂਗੇ। ਗੱਲ ਥੋੜੀ ਸਹੀ ਆ, ਤੇ ਮੈਨੂੰ ਇੱਕ ਗੱਲ ਦੱਸੋ ਵੀ ਸਰਨਾ ਪਤਾ ਨੀ ਤੂੰ ਕਿਹਦੇ ਹੱਥੋਂ ਮਾਰਨਾ। ਨਾ ਜੀ ਇੱਦਾਂ ਦੀਆਂ ਗੱਲਾਂ ਨੀ ਕਰਨੀਆਂ, ਅਸੀਂ ਤੁਹਾਡੇ ਕੋਲ ਵੋਟਾਂ ਲੈਣ ਆਏ ਹਾਂ। ਵੋਟਾਂ ਤੁਹਾਨੂੰ ਦੇ ਕੇ ਤੋਰਾਂਗੇ, ਵੋਟਾਂ ਦੇ ਅੱਗੇ 10 ਸਾਲ ਤੁਹਾਨੂੰ ਵੋਟਾਂ ਦਿੱਤੀਆਂ ਨਾ। ਹਾਂਜੀ ਤੇ ਤਰੇ ਵਾਰੀ ਮੌਕਾ ਦਿਓ ਨਾ। ਕਿਰਪਾਨ ਤੇ ਤੁਸੀਂ ਬਣਨਾ ਪ੍ਰਧਾਨ। ਜੇ ਤੁਸੀਂ ਇੱਕ ਸ਼ਹਿਰ ਦੇ ਕਿਰਪਾਨ ਦੀ ਗੱਲ ਕਰਦੇ ਨਾ, ਫੇਰ ਏਦਾਂ ਦੀਆਂ ਵੋਟਾਂ ਨੀ ਨਾ ਸਾਨੂੰ ਮਿਲਦੀਆਂ, ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਾਨੇ ਭਾਈ ਇਹਨਾਂ ਨੂੰ ਪ੍ਰਧਾਨ ਬਣਾ ਕੇ ਤੋਰਨਾ ਪੈਣਾ। ਤੁਹਾਡੀ ਲਈ